सो पंजाब दे मुख्यमंत्री चरणजीत सिंह चन्नी वालों लगातार जिहड़े लोगों नूं विधानसभा चोणां नूं लैके वड्डे वड्डे गफे दित्ते जा रहे हैं, उत्थे ही असीं अज पहुँच चुके हां पिंड मोही खुर्द के जिथे कि अज मदन लाल जलालपुर के सपुत्र जिहड़े ने जोली जलालपुर उन्हां वालों भी पिंडां दे विच पंचायतां नूं अज चैक दित्ते जा रहे, ग्रंटां दित्ती जा रही। तुसीं मेरे पिछे देख सकते हो कि जिहड़े जोली जलालपुर ने उह चैक भी दे रहे हैं, गलबात उन्हां नाल कर लैंदे आ कि किन्ने कु उन्हां वालों अज ग्रंटां दित्ती जा रही ने, किन्ने कु जिहड़े चैक दित्ते जा रहे हैं। सर की कुछ कहना चाहते हो, किन्नी कु अज ग्रंटां दित्ती जा रही? अज जिहड़ा हैगा असीं तकरीबन 22-23 लाख रुपया तीन चार पिंड हैगे आ साडे, मतलब कि 30 लाख रुपया जिहड़ा हो जाणा करीब उन्हां दे जिहड़ी अज ग्रंटां बन रहे इत्थे मोही खुर्द विखे असी है साड़िया वक् वक् जिमें थूहा पिंड हो गया, मोही कलां हो गया, थोड़ा अपना कड़ामा कलां हो गया, खेड़ी गुरना हो गया, जो इन्हां दे छोटे छोटे काम सीगे उन्हां वास्ते जो सरपंचां दीआं डिमांडां सीगियां या कोई काम पूरे होने रह गए सीगे उन्हां दे पैसे जिहड़े हैगे आ जो अज इन्हां नूं दित्ते जा रहे आ। इस तों पहलां वी इन्हां नूं कोई ग्रंटां या पहलां दित्ते गए ने चैक? वाधू जी पहलां तां इधर पूरे खुले गफे बंडे गए आ, इन्हां नूं खुले गफे इन्हां कोले आए आ ते हुण भी अगे फिर इह तां इक इन्हां नूं इक छोटा जिहा इन्हां दा हैगा वी, इह तां इन्हां नूं मेरे ख्याल जिहड़ा हैगा वी छोटी ग्रांट तां हुण लै के वी खुश नहीं हुंदे हैगे, पर इन्हां नूं फिर दुबारा जिहड़ा हैगा वी 8 करोड़ दी इक ते फिर जिहड़ा ਹੈਗਾ ਵੀ ਪੈਸੇ ਹੋਰ ਇਹਨਾਂ ਨੂੰ ਆਉਣ ਜਾ ਰਹੇ ਆ ਜਿਹੜਾ ਅੱਗੇ ਇਹਨਾਂ ਨੂੰ ਮਿਲਿਆ ਗਿਆ ਜਿਹੜਾ ਇਹਨਾਂ ਦਾ ਸਾਰੇ ਕੰਮ ਸਾਨੂੰ ਸਾਡਾ ਟਾਰਗੇਟ ਇਹੀ ਹੈ ਜੀ ਵੀ ਸਾਡੇ 2.5 ਸਾਲ ਬੰਦਿਆਂ ਦੀਆਂ ਸਰਪੰਚੀਆਂ ਹੋ ਗਈਆਂ ਨੇ ਅਤੇ 2.5 ਸਾਲ ਅੱਗੇ ਇਹਨਾਂ ਦੀਆਂ ਸਰਪੰਚੀਆਂ ਹੋਰ ਹੈ ਵੀ ਅਸੀਂ ਇਹੀ ਟੀਚਾ ਲੈ ਕੇ ਚੱਲ ਰਹੇ ਹਾਂ ਵੀ ਆਉਣ ਵਾਲੇ 2.5 ਸਾਲਾਂ ਦੇ ਵਿੱਚ ਜਿਹੜੀਆਂ ਸਾਡੇ ਬੰਦਿਆਂ ਦੀਆਂ ਸਰਪੰਚੀਆਂ ਹੈਗੀਆਂ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਅਸੀਂ ਆਪ ਜਾ ਕੇ ਪੁੱਛਿਆ ਕਰਾਂਗੇ ਵੀ ਦੱਸੋ ਜੀ ਕੋਈ ਕੰਮ ਹੈਗਾ ਇਹਨਾਂ ਨੂੰ ਆਉਣ ਦੀ ਸਾਡੇ ਕੋਲ ਲੋੜ ਨਹੀਂ ਪਏਗੀ ਵੀ ਆਹ ਕੰਮ ਸਾਡਾ ਰਹਿ ਗਿਆ ਜੀ। ਸੋ ਕਿਵੇਂ ਮੰਨਦੇ ਹੋ ਜੀ ਅੱਜ ਗਰੰਟਾਂ ਮਿਲ ਰਹੀਆਂ ਨੇ, ਇਸ ਤੋਂ ਪਹਿਲਾਂ ਵੀ ਗਰੰਟਾਂ ਮਿਲੀਆਂ ਨੇ ਜਾਂ ਕਿਵੇਂ, ਕਿੰਨੇ ਕੁ ਖੁਸ਼ ਹੋ ਇਹਨਾਂ ਦੇ? ਬਹੁਤ ਵਧੀਆ, ਬਹੁਤ ਗਰੰਟਾਂ ਮਿਲੀਆਂ ਸਾਨੂੰ ਤਾਂ ਪਿੰਡ ਨੂੰ, ਸਾਡੇ ਪਿੰਡ ਦਾ ਸਾਰਾ ਨਰਕ ਨਿਕਲ ਗਿਆ ਜਿੰਨਾ ਵੀ ਹੈ, 1-2 ਗਲੀ ਰਹਿ ਗਈ ਉਹ ਅੱਜ ਚੈੱਕ ਮਿਲ ਜਾਣਾ, ਫਿਰ ਨਹੀਂ ਰਹਿ ਗਈ ਮੈਂ ਉਹ ਨਿਕਲ ਜਾਣਾ ਸਾਰਾ। ਇਸ ਤੋਂ ਪਹਿਲਾਂ ਵੀ ਗਰੰਟਾਂ ਕਦੇ 15-20 ਸਾਲ ਕੋਈ ਰੁਪਿਆ ਨਹੀਂ ਆਇਆ ਸਰਕਾਰ ਤੋਂ ਪਹਿਲਾਂ। ਖੁਸ਼ ਹੋ ਕਾਂਗਰਸ? ਬਹੁਤ ਬਹੁਤ ਖੁਸ਼ ਹਾਂ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਗਰੰਟਾਂ ਮਿਲੀ? ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਉੱਥੇ ਰਹਿ ਕੇ ਗਈ ਹੈ, ਸਾਨੂੰ ਸਾਰੇ ਪਿੰਡਾਂ ਨੂੰ ਨਰਕ 'ਚ ਧੱਕ ਕੇ ਗਈ ਹੈ। ਮਾਨਯੋਗ MLA ਸਾਹਿਬ ਨੇ, ਮਦਨ ਲਾਲ ਜੀ ਨੇ ਸਾਰੇ ਪਿੰਡਾਂ ਦਾ ਨਰਕ ਕੱਢਤਾ। ਅਸੀਂ ਸੋਚ ਵੀ ਨਹੀਂ ਸਕਦੇ ਵੀ ਸਾਡੇ ਕੋਲ ਕਿੰਨੀ ਗਰੰਟਾਂ ਆ ਗਈਆਂ। ਗੱਫੇ ਦਿੰਦੇ ਹਾਂ ਅਸੀਂ, ਜਾ ਕੇ ਥੋੜ੍ਹੀ ਜਿਹੀ ਗੱਲ ਕਰਦੇ ਵੀ ਸਾਨੂੰ 10 ਲੱਖ ਰੁਪਏ ਚਾਹੀਦਾ, ਕਹਿੰਦਾ ਤੁਹਾਡਾ 25 ਲੱਖ ਦਾ ਚੈੱਕ ਬਣਿਆ ਪਿਆ ਜੀ। ਅਸੀਂ ਪਹਿਲੀ ਵਾਰੀ ਜ਼ਿੰਦਗੀ 'ਚ ਇਹੋ ਜਿਹਾ MLA ਦੇਖ ਰਹੇ ਹਾਂ ਜਿਹੜਾ ਕਿ ਪੈਸਿਆਂ ਵੱਲੋਂ, ਗਰੰਟਾਂ ਵੱਲੋਂ, ਡਿਵੈਲਪਮੈਂਟ ਵੱਲੋਂ ਪੂਰੇ ਜ਼ੋਰ 'ਤੇ ਦਿਨ ਰਾਤ ਇੱਕ ਕਰਕੇ ਪਿੰਡਾਂ ਵਾਸਤੇ ਮਿਹਨਤ ਕਰਕੇ ਇਲਾਕੇ ਵਾਸਤੇ ਪੈਸੇ ਲਾ ਕੇ ਜਿਹੜੇ ਪਿੰਡਾਂ 'ਚ ਲਵਾ ਰਹੇ ਨੇ। ਤੁਹਾਡਾ ਕੀ ਨਾਂ ਜੀ? ਮੇਵਾ ਸਿੰਘ, ਸਰਪੰਚ ਸਾਬਕਾ ਜੀ। ਕਿਹੜੇ ਪਿੰਡ ਤੋਂ? ਮੋਹੀ ਕਲਾਂ ਤੋਂ ਜੀ। ਕਿਵੇਂ ਦੇਖਦੇ ਹੋ ਕਿ 5.5 ਸਾਲ ਦਾ ਕਾਰਜਕਾਰੀ ਅਤੇ ਉਸ ਤੋਂ ਪਹਿਲਾਂ ਦੀ ਹੁਣ ਕਿੰਨਾ ਕੁ ਫਰਕ ਹੈ? ਹੁਣ ਤਾਂ ਪਹਿਲਾਂ ਤਾਂ ਸਾਡੇ ਪਿੰਡਾਂ 'ਚ ਪੈਸਾ ਆਇਆ ਹੀ ਨਹੀਂ ਬਿਲਕੁਲ ਵੀ, ਹੁਣ ਵੱਧ ਤੋਂ ਵੱਧ ਪੈਸਾ ਆ ਰਿਹਾ। ਸਾਰੇ MLA ਮਦਨ ਲਾਲ ਜੀ ਦੀ ਮਿਹਰ ਹੈ, ਜੋ ਤੁਹਾਨੂੰ ਪਤਾ ਵੀ ਇਹਨਾਂ ਦੇ ਥਰੂ ਹੀ ਪੈਸਾ ਆ ਰਿਹਾ। ਪਹਿਲਾਂ ਹੀ ਵਾਧੂ ਪੈਸਾ ਆਇਆ, ਹੁਣ ਫਿਰ ਪੈਸਾ ਆ ਰਿਹਾ। ਤਕਰੀਬਨ ਸੜਕਾਂ ਦਾ ਬਹੁਤ ਮਾੜਾ ਹਾਲ ਸੀ, ਸੜਕਾਂ ਦਾ ਸਾਰਾ ਗੰਦ ਨਿਕਲ ਗਿਆ। ਅਸੀਂ ਤਾਂ ਇਹ ਸਰਕਾਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਕਿਵੇਂ ਦੇਖਦੇ ਹੋ ਪ੍ਰੇਮ ਸਿੰਘ ਚੰਦੂਮਾਜਰਾ ਮੈਦਾਨ ਦੇ ਵਿੱਚ ਨੇ ਔਰ ਦੂਜੇ ਪਾਸੇ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਨੇ, ਉਹ ਬਗਾਵਤ ਕਰ ਰਹੇ ਨੇ ਆਪਸ 'ਚ, ਇਹ ਕਾੜੋ ਕਲੇਸ਼ ਨਾਲ ਇਸਦਾ ਫਾਇਦਾ ਕੌਣ ਚੱਕ ਸਕਦਾ? ਕਾਂਗਰਸ ਤੱਕ ਹੀ ਇਹਦਾ ਫਾਇਦਾ, ਕਾਂਗਰਸ ਨੂੰ ਫਾਇਦਾ। ਚੰਦੂਮਾਜਰਾ ਅੱਜ ਤੱਕ ਤਾਂ ਪਹਿਲਾਂ ਗੇੜਾ ਲਾਇਆ ਨਹੀਂ, ਪਹਿਲਾਂ ਵੀ ਉਹ ਬਣ ਕੇ ਗਿਆ, ਉਹਨੇ ਕਿਹੜਾ ਕੋਈ ਕੰਮ ਕੀਤਾ ਅਕਾਲੀ ਸਰਕਾਰ ਨੇ। ਸਾਡੇ ਪਿੰਡ ਸਿਰਫ ਉਹਨੇ 10 ਸਾਲ 'ਚ 10-11 ਲੱਖ ਰੁਪਏ ਆਇਆ ਵਾ ਸੀ, ਹੁਣ ਸਾਡੇ ਪਿੰਡ 'ਚ 2.5 ਸਾਲ 'ਚ 25-30 ਲੱਖ ਆ ਲਿਆ, ਬਾਕੀ ਅੱਜ ਸਾਨੂੰ ਚੈੱਕ ਕੇ ਫੇਰ ਦੇ ਰਹੇ ਹਾਂ, ਬਾਕੀ ਫੇਰ ਆ ਜਾਣਾ ਪੈਸਾ ਵਾਧੂ। ਚੈੱਕਾਂ ਦਾ ਹੁਣ ਕੀ ਕੁਝ ਵਿਕਾਸ ਕਰੋਗੇ ਜਿਹੜੇ ਰਹਿੰਦੇ ਨੇ? ਜਿਹੜੇ ਸਾਡੇ ਕੰਮ ਅਧੂਰੇ ਰਹਿ ਰਹੇ ਹਾਂ ਜੀ, ਗਲੀਆਂ ਨਾਲੀਆਂ ਦੇ ਜੋ ਵੀ ਕੋਈ ਮਾੜਾ ਮੋਟਾ ਕੰਮ ਚੱਲ ਰਹੇ, ਬਾਕੀ ਉਹਨਾਂ ਦੇ ਉੱਥੇ ਸਾਰਾ ਪੈਸਾ ਲਾਇਆ ਜਾਏਗਾ। ਸੋ ਇਹ ਸਨ ਜੋਲੀ ਜਲਾਲਪੁਰ ਜਿਹੜੇ ਕਿ ਪਿੰਡਾਂ ਦੇ ਵਿੱਚ ਦਰਜਨਾਂ ਪਿੰਡਾਂ ਦੇ ਜਿਹੜੇ ਪੰਚਾਇਤਾਂ ਨੂੰ ਅੱਜ ਚੈੱਕ ਵੰਡੇ ਗਏ ਨੇ, ਉਹ ਰਹਿੰਦੇ ਜਿਹੜੇ ਵਿਕਾਸ ਕਾਰਜ ਸੀ ਉਹਨਾਂ ਨੂੰ ਨੇਪਰੇ ਚੜਾਇਆ ਜਾਵੇ, ਵਿਧਾਨ ਸਭਾ ਚੋਣਾਂ ਨੇੜੇ ਨੇ, ਇਸ ਗੱਲ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਵਿੱਚ ਕੀ ਕੁਝ ਰੁਝਾਨ ਨਿਕਲਦੇ ਨੇ, ਕਿਹੜੀ ਸਰਕਾਰ ਆਉਂਦੀ ਹੈ ਪੰਜਾਬ ਦੇ ਵਿੱਚ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾ ਪਰਸਨ ਮੋਹਿਤ ਕੁਮਾਰ ਦੇ ਨਾਲ ਦਇਆ ਸਿੰਘ, ਰਾਜਪੁਰਾ।